ईश्वर का द्वार, धर्म का द्वार, मोक्ष द्वार संकीर्ण है, सूक्ष्म है। शामिल करे हुक्मा करे ते हुक्मरान सुनदा ही नहीं, पता चो पकड़े आ गया झगड़े आ गए। क्योंकि पता चल जाए, स्पष्ट हो जाए चोरी की है, तो हामा भरण हां दे हां मिला कोई राजी नहीं, कोई प्यार नहीं। क्यों नहीं भरते? क्योंकि जो चोर करता है उसने जो चोरी की है कौन आखे जी चंगा किया है, चंगा किया। इस वास्ते उसकी हामा कोई नहीं भरता, उसका पक्ष कोई नहीं है। हूं जिहड़े चोरी करन प्यार हो जाते हैं उन्हों की मनोदशा पर सतगुरु देव जी महाराज के कहण का ढंग वो फिर मन नो लेंदे अपनी गल अगे करते। हे अंधे मन, हे झूठे मन, हे कुत्ते मन, तू सुन सुन ये तीन गल मन नो कढ़िया। कारण जो कुछ होंदा जो कुछ किया सो मन किया करदा, ते मन सऊदी अरब दे चोर दे हाथ कट दिते जांदे ते हाथ ते जड़ है। देखो अंदरों मन आ गया ना करे वे चुक ले ते हाथ नहीं चुक सकता। अखां ने पराया धन देखे मन नो खबर की, मन ने हथां नो हुक्म कीता चुक ले चुक ले। सजा दिती जांदी है हथां नो, सऊदी अरब दे चोर दे हथ कट देंदे। पांच साल तालिबाना दी हकूमत रही है अफगानिस्तान दे। मेरे पढ़न दे चाया
5 ਸਾਲ ਵਿੱਚ ਉਹਨਾਂ ਨੇ 1700 ਬੰਦਿਆਂ ਦੇ ਹੱਥ ਕੱਟੇ, ਕਿਉਂਕਿ ਚੋਰ ਦੀ ਇਸਲਾਮੀ ਸ਼ਰ੍ਹਾ ਦੇ ਮੁਤਾਬਕ ਬਾਂਹ ਕੱਟਦੇ। ਲੀਬੀਆ ਦੇ ਟੂਨਿਸ ਦੇ ਵਿੱਚ, ਮਰਾਕਸ਼ ਦੇ ਵਿੱਚ ਔਰ ਸਾਊਦੀ ਅਰਬ, ਚੋਰ ਨੂੰ ਜਿਹੜੀ ਸਜ਼ਾ ਦਿੱਤੀ ਜਾਂਦੀ ਹੈ ਉਹਦੇ ਹੱਥ ਕੱਟ। ਜੋ ਕੁਛ ਕੀਆ ਸੋ ਮੰਨ ਕੀਆ, ਕਰਦਾ ਤੇ ਮੰਨ, ਫੈਸਲਾ ਤੇ ਮੰਨ ਨਹੀਂ ਦਿੱਤਾ ਸੀ ਵੀ ਚੁੱਕ ਲਿਆ, ਤੇ ਵਿਚਾਰੇ ਹੱਥ ਨੇ ਚੁੱਕ ਲਿਆ। ਸਾਰੀ ਜ਼ਿੰਦਗੀ ਕਿਸੇ ਨੂੰ ਮੁਤਾਜ ਕਰ ਦੇਣਾ, ਟੁੰਡਾ ਕਰ ਦੇਣਾ, ਅਪਾਹਜ ਕਰ ਦੇਣਾ, ਇਹ ਕੋਈ ਸਹੀ ਫੈਸਲਾ ਨਹੀਂ। ਸਹੀ ਫੈਸਲਾ, ਸਹੀ ਇੰਤਜ਼ਾਮ ਤੇ ਇਹ ਹੈ ਕਿ ਮਨ ਬਦਲਣ ਦਾ ਕੋਸ਼ਿਸ਼ ਕਰ, ਅਗਲੇ ਦਾ ਮਨ ਬਦਲਣਾ। ਕੋਈ ਐਸਾ ਮਾਹੌਲ ਬਣਾਇਆ ਜਾਏ, ਧਰਮ ਤੋਂ ਪ੍ਰਭਾਵਿਤ ਹੋ ਜਾਏ, ਦੂਜੇ ਦਾ ਧਨ ਖੋਣਾ ਤੇ ਇੱਕ ਪਾਸੇ, ਦੂਜੇ ਦੇ ਧਨ ਦਾ ਮੁਹਾਫਿਜ਼ ਬਣ ਜਾਏ, ਰਖਵਾਲਾ ਬਣ ਜਾਏ, ਅਗਲੇ ਦਾ ਮਨ ਬਦਲਣਾ ਚਾਹੀਦਾ। ਪਰ ਉਸ ਤਰ੍ਹਾਂ ਦਾ ਉਪਰਾਲਾ ਹੈ ਨਹੀਂ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਹੇ ਅੰਧੇ ਮਨ, ਤੈਨੂੰ ਅਸਲੀਅਤ ਦਿਖਾਈ ਨਹੀਂ ਦੇਣੀ, ਹੇ ਝੂਠੇ ਮਨ, ਹੇ ਕੁੱਤੇ ਮਨ, ਤੂੰ ਸੁਣ ਮੇਰੀ ਸਿੱਖਿਆ ਸੁਣ। ਬਣਿਆ ਫਿਰਦਾ ਮੈਂ ਸਚਿਆਰ ਹਾਂ, ਮੈਂ ਸਹੀ ਹਾਂ, ਲੇਕਿਨ ਅਸਲੀਅਤ ਤੇ ਸਮਝੀ ਨਹੀਂ, ਹਕੀਕਤ ਨੂੰ ਤੇ ਜਾਣਿਆ ਹੀ ਨਹੀਂ। ਕਾਰਨ ਇਹ ਹੈ, ਬੁਰਾ ਕਰਕੇ ਬੁਰਾਈ ਕੋਈ ਕਬੂਲ ਨਹੀਂ ਕਰਦਾ। ਕਾਰਨ ਬੁਰਾ ਹੋਣਾ ਕਿਸੇ ਨੂੰ ਪਸੰਦ ਨਹੀਂ, ਕੋਈ ਨਹੀਂ ਚਾਹੁੰਦਾ। ਹਰ ਮਨੁੱਖ ਵੱਡਪਣਾ ਚਾਹੁੰਦਾ, ਮਹਾਨਤਾ ਚਾਹੁੰਦਾ, ਲੇਕਿਨ ਗਜ਼ਬ ਦੀ ਗੱਲ ਹੈ, ਗਲਤ ਕਰਕੇ ਮਹਾਨਤਾ ਚਾਹੁੰਦਾ, ਗਲਤ ਕਰਕੇ ਵਡਿਆਈ ਚਾਹੁੰਦਾ, ਅਨਰਥ ਕਰਕੇ ਵਡਿਆਈ ਜੋ ਹੈ ਚਾਹੁੰਦਾ ਹੈ, ਬਿਨਾਂ ਬੁਝਿਆਂ ਇਹ ਸਭ ਕੁਛ ਚਾਹੁੰਦਾ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਇਹ ਅੰਧੇ ਮਨ, ਇਹ ਕੂੜੇ ਮਨ, ਇਹ ਕੁੱਤੇ ਮਨ, ਤੋਂ ਸੁਣ ਇਸ ਤਰੀਕੇ ਨਾਲ ਖੇਡ ਨਹੀਂ ਬਣੇ। ਜਿਹੜਾ ਚੋਰ ਹੈ, ਬੜੀਆਂ ਦਲੀਲਾਂ ਪੇਸ਼ ਕਰਦਾ, ਬੜਾ ਸਿਆਣਾ, ਬੜਾ ਚਾਤਰ, ਆਪਣੇ ਆਪ ਨੂੰ ਬੜੇ ਸੋਹਣੇ ਰੂਪ ਵਿੱਚ ਪੇਸ਼ ਕਰਦਾ, ਮੈਂ ਤਾਂ ਕੁਛ ਨਹੀਂ ਕੀਤਾ, ਬੜਾ ਭੋਲਾਪਣ ਜ਼ਾਹਿਰ ਕਰਦਾ। ਸਾਹਿਬ ਕਹਿੰਦੇ ਨੇ, ਇਹ ਵੀ ਚੋਰ ਦਾ ਗੁਣ ਹੈ ਜੋ ਇਸ ਤਰ੍ਹਾਂ ਕਰਦਾ। ਪਰ ਜਿਹੜਾ ਖੋਟਾ ਹੈ, ਅੰਦਰੋਂ ਖੋਟਾ ਹੈ, ਉਹਦਾ ਆਖਰ ਕੀ ਮੁੱਲ ਹੈ? ਦੋ ਗੰਢੇ ਪਾਓ, ਦੋ ਪੌੜੀਆਂ, ਕੁਛ ਵੀ, ਕੁਛ ਵੀ, ਭਾਵੇਂ ਉੱਪਰੋਂ ਕਿਤਨਾ ਖਰਾ ਬਣੇ, ਭਾਵੇਂ ਉੱਪਰੋਂ ਕਿਤਨਾ ਸੋਹਣਾ ਬਣੇ, ਭਾਵੇਂ ਕਿਤਨੀ ਮਾਸੂਮੀਅਤ ਦਿਖਾਵੇ, ਮੈਂ ਬੇਕਸੂਰ ਹਾਂ, ਮੈਂ ਬੇਕਸੂਰ ਹਾਂ, ਇਹਦੇ ਉੱਤੇ ਕਿਤਨੀਆਂ ਦਲੀਲਾਂ ਦੇ, ਪਰ ਖੋਟਾ ਹੈ ਅੰਦਰੋਂ, ਇਹ ਪੌੜੀ ਮੁੱਲਦਾ, ਕੁਛ ਵੀ ਨਹੀਂ, ਕੁਛ ਵੀ ਨਹੀਂ। ਐਸੇ ਖੋਟੇ ਸਿੱਖੇ ਨੂੰ ਜੇ ਖਰੇ ਸਿੱਕਿਆਂ ਵਿੱਚ ਰੱਖ ਦਿੱਤਾ ਜਾਏ, ਰਲਾ ਦਿੱਤਾ ਜਾਏ, ਮਿਲਾ ਦਿੱਤਾ ਜਾਏ, ਹਾਂਜੀ, ਪਰ ਜੈਸੇ ਪਰਖ ਦੇ ਸਾਹਮਣੇ ਆਉਂਦਾ ਤੇ ਖੋਟੇ ਨੂੰ ਇੱਕ ਪਾਸੇ ਕਰ ਦਿੱਤਾ ਜਾ, ਨਹੀਂ ਇਹ ਤੇ ਖੋਟਾ ਨਹੀਂ ਚੱਲੇ, ਨਹੀਂ ਚੱਲੇ। ਸੰਸਾਰ ਵਿੱਚ ਖੋਟੇ ਸਿੱਕੇ ਨਹੀਂ ਚੱਲਦੇ, ਨਿਰੰਕਾਰ ਦੀ ਦੁਨੀਆ ਖੋਟੇ ਮਨੁੱਖ ਪ੍ਰਵਾਨ ਨਹੀਂ। ਕਿਧਰੇ ਚਲਾਕੀ ਨਾਲ, ਫਰੇਬ ਨਾਲ ਖੋਟੇ ਸਿੱਕੇ ਕੋਈ ਚਲਾ ਵੀ ਲਵੇ, ਨਕਲੀ ਨੋਟ ਚਲਾ ਲੈਂਦੇ, ਚਲਾ ਲੈ, ਸਫਲ ਹੋ ਜਾਂਦੇ, ਪਰ ਪਰਮਾਤਮਾ ਦੀ ਦੁਨੀਆ 'ਚ ਖੋਟਾ ਸਿੱਕਾ ਪਰਮਾਤਮਾ ਨੂੰ ਖੁਲਾਇਆ ਨਹੀਂ ਜਾ ਸਕਦਾ, ਵਰਗਲਾਇਆ ਨਹੀਂ ਜਾ ਸਕਦਾ, ਉਹ ਖੋਟਿਆਂ ਨੂੰ ਇੱਕ ਪਾਸੇ ਕਰਦਾ। ਜੈਸੇ ਪਰਖ ਤੇ ਆਉਂਦਾ, ਖੋਟੇ ਨੂੰ ਇੱਕ ਪਾਸੇ ਕਰ ਦਿੱਤਾ ਜਾਂਦਾ, ਜਿਸ ਖੋਟੇ ਨੂੰ ਖਰਿਆਂ ਨਾਲ ਰੱਖ ਵੀ ਦਿੱਤਾ ਜਾਏ, ਤਾਂ ਵੀ ਜਦ ਪਰਖ ਆਉਂਦੀ ਹੈ
ਇੱਕ ਪਾਸੇ ਕਰ ਦਿੱਤਾ ਜਾਂਦਾ, ਕਸੌਟੀ ਤੇ ਪੂਰਾ ਨਹੀਂ ਹੁੰਦਾ। ਰੱਬੀ ਨਿਯਮ ਜੈਸਾ ਕੋਈ ਕਰਮ ਕਰਦਾ ਵੈਸਾ ਹੀ ਉਸਨੂੰ ਜੋ ਹੈ ਫਲ ਪ੍ਰਾਪਤ ਹੁੰਦਾ। ਕਿਸੇ ਦਾ ਧਨ ਖੋ ਰਿਹਾ, ਇਹਦਾ ਆਪਣਾ ਧਨ ਵੀ ਚਲਾ ਜਾਏਗਾ। ਗਲਤ ਧਨ ਜਿਸ ਦੇ ਘਰ ਵਿੱਚ ਆ ਗਿਆ, ਸਰੀਰ ਗਲਤ ਹੋ ਜਾਏਗਾ, ਮਨ ਗਲਤ ਹੋ ਜਾਏਗਾ, ਪਰਿਵਾਰ ਗਲਤ ਹੋ ਜਾਏਗਾ, ਔਲਾਦ ਗਲਤ ਹੋ ਜਾਏਗੀ, ਔਰ ਇੱਕ ਦਿਨ ਧਨ ਵੀ ਚਲਾ ਜਾਏਗਾ। ਗਲਤ ਧਨ ਵਿੱਚ ਬਰਕਤਾਂ ਨਹੀਂ ਆਉਂਦੀਆਂ। ਗਲਤ ਧਨ ਔਲਾਦ ਨੂੰ ਗਲਤ ਕਰ ਦੇਗਾ। ਜਿਨ੍ਹਾਂ ਦੇ ਘਰ ਵਿੱਚ ਇਸ ਤਰ੍ਹਾਂ ਦੀ ਗਲਤ ਧਨ ਸੰਪਦਾ ਆਉਂਦੀ ਹੈ, ਉਹਨਾਂ ਦੇ ਬੱਚੇ ਮੈਂ ਦੇਖੇ ਨੇ ਬਹੁਤ ਗਲਤ ਹੋ ਗਏ। ਔਰ ਗਹਿਰਾਈ ਨਾਲ ਮੈਂ ਜਦ ਜਾਤ ਮਾਰੀ ਹੈ, ਪੈਸਾ ਗਲਤ ਆਇਆ, ਧਨ ਗਲਤ ਆਇਆ, ਬੱਚੇ ਗਲਤ ਹੋ, ਔਲਾਦ ਗਲਤ ਹੋ, ਮਨ ਗਲਤ ਹੋ ਗਿਆ, ਧਨ ਰੋਗੀ ਹੋ ਗਏ, ਪਰਿਵਾਰ ਬੱਚੇ ਗਲਤ ਹੋ ਗਏ ਨੇ, ਸਭ ਕੁਝ ਹੈ ਗਲਤ ਹੋ ਜਾਂਦਾ। ਗਲਤ ਧਨ ਵਿੱਚ ਬਰਕਤਾਂ ਨਹੀਂ ਨੇ, ਗਲਤ ਧਨ ਵਿੱਚ ਆਨੰਦ ਨਹੀਂ। ਇਹ ਤੇ ਈਸ਼ਵਰ ਨੇ ਨਿਯਮ ਬਣਾਇਆ, ਜੋ ਆਪ ਬੀਜਦਾ ਤੇ ਆਪ ਹੀ ਖਾਂਦਾ। ਇੱਥੇ ਆਪਣਾ ਬੀਜਿਆ ਆਪ ਖਾਣਾ ਪੈਂਦਾ, ਜ਼ਮੀਨ ਦੇ ਉੱਤੇ ਦਰਖਤ ਲਾਇਆ, ਸ਼ਾਇਦ ਕੋਈ ਫਲ ਹੋਰ ਖਾਵੇ, ਪਰ ਜੀਵਨ ਦੇ ਜੋ ਕਰਮਾਂ ਦਾ ਬੀਜ ਬੋਇਆ ਜਾਂਦਾ, ਫਲ ਆਪ ਹੀ ਖਾਣਾ ਪੈਂਦਾ। ਇਸ ਤਰ੍ਹਾਂ ਦੀ ਜਿਹੜੀ ਵਡਿਆਈ ਮਹਿਮਾ ਹੈ ਪਰਿਪੂਰਨ ਪਰਮਾਤਮਾ ਦੇ ਨਾਮ ਦੀ, ਉਹ ਬੀਜ ਕੇ ਆਪ ਹੀ ਪ੍ਰਾਪਤ ਕੀਤੀ ਜਾ ਸਕੀ, ਆਪ ਹੀ ਹਾਸਲ ਕੀਤੀ ਜਾ ਸਕਦੀ। ਪਰ ਮਨੁੱਖ ਦਾ ਧਿਆਨ ਜੈਸੀ ਸਮਝ ਜੈਸੀ ਸੁਰਤ ਆਉਂਦੀ ਹੈ, ਵੈਸੇ ਹੀ ਮਨੁੱਖ ਚੱਲ ਪੈਂਦਾ, ਉਸੇ ਪਾਸੇ ਉਸਦਾ ਜੀਵਨ ਧਾਰਾ ਚੱਲ ਪੈਂਦੀ ਹੈ, ਜੈਸੀ ਉਸਦੀ ਸਮਝ ਆਉਂਦੀ ਹੈ। ਐਸਾ ਮਨੁੱਖ ਜੇ ਪਰਿਪੂਰਨ ਪਰਮਾਤਮਾ ਦੀ ਉਪਮਾ ਵੀ ਕਰੇ, ਉਹ ਕੂੜੀ ਝੂਠੀ, ਅੰਦਰ ਤੇ ਚੋਰੀ ਚੱਲਦੀ, ਅੰਦਰ ਤੇ ਗਲਤ ਭਾਵਨਾ, ਨੀਅਤ ਤੇ ਅੰਦਰ ਗਲਤ ਹੈ। ਪਾਠ ਕਰੀ ਜਾ ਰਿਹਾ, ਪੂਜਾ ਕਰੀ ਜਾ ਰਿਹਾ, ਬੜੀ ਉਪਮਾ ਕਰੀ ਜਾ ਰਿਹਾ, ਬੜੀ ਮਹਿਮਾ ਗਾਇਨ ਕਰੀ ਜਾ ਰਿਹਾ, ਇਸ ਤਰ੍ਹਾਂ ਦੀਆਂ ਕਰੋੜਾਂ ਤਰ੍ਹਾਂ ਦੀਆਂ ਸਿਫਤਾਂ ਸਲਾਹ ਕਰੇ, ਇਹ ਕੂੜ ਹੈ, ਕਬਾੜ ਹੈ, ਕੁਛ ਵੀ ਨਹੀਂ ਹੈ। ਭਾਵੇਂ ਸਾਰਾ ਸੰਸਾਰ ਉਸਨੂੰ ਮਹਾਨ ਆਖੇ, ਬਈ ਉਪਮਾ ਕਰਦਾ, ਪਾਠ ਕਰਦਾ, ਦਾਨ ਕਰਦਾ, ਪੁੰਨ ਕਰਦਾ, ਪਰ ਨੀਅਤ ਖੋਟੀ ਹੈ। ਭਾਵੇਂ ਜਗਤ ਕਹਿੰਦਾ ਪ੍ਰਭੂ ਦੀ ਦਰਗਾਹ ਵਿੱਚ ਕੂੜਾ, ਝੂਠਾ, ਮਲੇਛ ਹੈ, ਪ੍ਰਵਾਨ ਨਹੀਂ ਹੈ। ਕਿੱਥੇ ਅੱਧੀ ਤੋਂ ਮੁਰਾਦ ਲੈਂਦੇ ਨੇ, ਸਿੱਧਾ ਸਾਦਾ ਮਨੁੱਖ, ਬਹੁਤੀ ਸਮਝ ਨਹੀਂ, ਕੋਈ ਦਾਰਸ਼ਿਕ ਨਹੀਂ, ਕੋਈ ਫਿਲੋਸਫਰ ਨਹੀਂ, ਪਰ ਸ਼ਰੀਰ ਹੈ। ਕੋਈ ਅਜ਼ੀਮ ਚਿੰਤਕ ਨਹੀਂ ਹੈ, ਕੋਈ ਸਾਇੰਟਿਸਟ ਨਹੀਂ ਹੈ, ਕੋਈ ਬਹੁਤ ਪੜ੍ਹਾ ਲਿਖਿਆ ਨਹੀਂ ਹੈ, ਸਿੱਧਾ ਹੈ, ਪੋਲਾ ਹੈ, ਅੰਦਰੋਂ ਬਾਹਰੋਂ ਇੱਕ ਹੈ। ਉਹ ਜੇ ਪਰਿਪੂਰਨ ਪਰਮਾਤਮਾ ਦੀ ਸਿਫਤ ਤੋਂ ਸਲਾਹ ਕਰ ਰਹੇ, ਭਾਵੇਂ ਅਨਪੜ੍ਹ, ਭਾਵੇਂ ਚਿੰਤਕ ਨਹੀਂ, ਬਹੁਤ ਸਿਆਣਾ ਨਹੀਂ, ਭਾਵੇਂ ਦਾਰਸ਼ਨਿਕ ਨਹੀਂ, ਭਾਵੇਂ ਫਿਲੋਸਫਰ ਨਹੀਂ, ਉਹ ਤੈਨੂੰ ਇਸ ਤਰ੍ਹਾਂ ਦਾ ਹੀਣ ਮਨੁੱਖ, ਅਕਲ ਤੋਂ ਹੀਣਾ ਮਨੁੱਖ, ਜੋ ਬਹੁਤ ਪੜ੍ਹਾ ਲਿਖਾ ਨਹੀਂ, ਦਾਰਸ਼ਨਿਕ ਫਿਲੋਸਫਰ ਨਹੀਂ, ਤੈਨੂੰ ਪ੍ਰਵਾਨ ਹੋ ਜਾਂਦਾ, ਕਿਉਂਕਿ ਸਿੱਧਾ ਹੈ, ਭੋਲਾ ਹੈ, ਉਹਦੇ ਅੰਦਰ ਚੋਰੀ ਨਹੀਂ ਚੱਲਦੀ। ਹਾਂਜੀ, ਮਹਾਰਾਜ ਕਹਿੰਦੇ ਨੇ ਇਹ ਇੱਕ ਮਹਾਨ ਗਿਆਨ ਦੀ ਗੱਲ, ਤੂੰ ਜਾਣ ਲੈ, ਸਮਝ ਲੈ, ਪਰਮਾਤਮਾ ਨੂੰ ਸਿੱਧੇ ਲੋਕ ਪ੍ਰਵਾਨ, ਸਾਦੇ ਲੋਕ ਪ੍ਰਵਾਨ, ਜਿਨ੍ਹਾਂ ਦੀ ਨੀਅਤ ਠੀਕ ਹੈ। ਜੈਸੇ ਬਾਬਾ ਫਰੀਦ ਕਹਿੰਦੇ ਨੇ, ਪਾੜ ਪਟੋਲਾ ਰੱਜ ਕਰੀ ਕੰਬਲੜੀ ਪੈਰੇ ਹੋ, ਜੇ ਹੀ ਵੇਸੀ ਸੋ ਮੇਰੇ ਸਹੀ ਵੇਸ ਕਰੇ ਹੋ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਥੱਲੇ ਵਾਕ ਹੈ, ਫਰੀਦਾ ਕਾਹੇ ਪਟੋਲਾ ਪਾੜਤੀ ਕੰਬਲੜੀ ਪੈਰੇ ਹੋ, ਨਾਨਕ ਘਰ ਹੀ ਬੈਠਿਆ ਸੋ ਮਿਲੇ, ਜੇ ਨੀਅਤ ਰਾਸ ਕਰੇ ਹੋ।
सतगुरु रहमत करन धन गुरु रामदास जी महाराज का आगमन पुरब मनाते हो सारे अंदर चानना ते प्रकाश करे ताकि सारे परिपूर्ण परमात्मा कबूल हो जाए परवान हो जाए कितनी सेवाएं सो परवान करने। वाहेगुरु जी का खालसा।